ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਅਕਾਲੀ ਪ੍ਰਚਾਰਕ ਜਥਾ ਸਿਰਲਤ ਖਾਲਸਾ ਅੰਮ੍ਰਿਤਸਰ ਸਾਹਿਬ ਜੀ। ਅੱਜ ਅਸੀਂ ਜਥਾ ਸਿਰਲਤ ਖਾਲਸਾ ਵੱਲੋਂ ਅੰਮ੍ਰਿਤਸਰ ਸਾਹਿਬ ਵਿਖੇ ਜਿਹੜਾ ਐਮਾਜੋਨ ਦਾ ਮੁੱਖ ਦਫ਼ਤਰ ਬੰਦ ਕਰਵਾ ਦਿੱਤਾ ਜੀ। ਉਹਦਾ ਕਾਰਨ ਇਹ ਕਿ ਵੱਲੋਂ ਜਿਹੜੀਆਂ ਪ੍ਰੋਡਕਟ ਆਪਣੇ ਐਮਾਜੋਨ 'ਤੇ ਵੇਚੇ ਜਾਂਦੇ ਨੇ ਜੀ, ਉਹਦੇ ਵਿੱਚ ਟੋਇਲਟ ਦੀ ਇੱਕ ਜਿਹੜੀ ਸ਼ੀਟ ਹੁੰਦੀ ਆ ਅਤੇ ਜਿਹੜੇ ਪੈਰਾਂ ਦੇ ਮੈਟ ਹੁੰਦੇ ਨੇ ਉਹਨਾਂ ਉੱਤਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਜਿਹੜਾ ਸਰੂਪ ਆ ਉਹ ਇਹਨਾਂ ਨੇ ਬਣਾਇਆ, ਜਿਹੜਾ ਕਿ ਸ਼ਰੇਆਮ ਸਿੱਧਾ ਸਿੱਧਾ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਅਤੇ ਦੂਜਾ ਬਹੁਤ ਵੱਡੇ ਪੱਧਰ 'ਤੇ ਬੇਅਦਬੀ ਜਿਹੜੀ ਆ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਸਰੂਪ ਦੀ ਕੀਤੀ ਗਈ ਆ। ਸੋ ਜਥਾ ਸਿਰਲਤ ਖਾਲਸਾ ਵੱਲੋਂ ਅੱਜ ਇਹਨਾਂ ਨੂੰ ਚੇਤਾਵਨੀ ਦਿੱਤੀ ਗਈ ਆ ਵੀ ਪ੍ਰੇਮ ਪਿਆਰ ਸਤਿਕਾਰ ਦੇ ਨਾਲ ਜੇ ਬੰਦ ਰੱਖਦੇ ਤਾਂ ਚੜ੍ਹਦੀ ਕਲਾ, ਜੇ ਨਹੀਂ ਰੱਖਦੇ ਤਾਂ ਇਹਨੂੰ ਜਿਸ ਵੀ ਤਰੀਕੇ ਨਾਲ ਬੰਦ ਕਰਾਉਣਾ ਪਿਆ ਸਾਨੂੰ ਅਸੀਂ ਕਰਾਵਾਂਗੇ। ਜਿੰਨਾ ਚਿਰ ਤੱਕ ਇਹ ਸਪਸ਼ਟੀਕਰਨ ਨਹੀਂ ਕੋਈ ਦਿੰਦੇ, ਜਿੰਨਾ ਚਿਰ ਤੱਕ ਇਹਨਾਂ ਦੀ ਜਿਹੜੀ ਫੋਟੋ ਜਿਹੜਾ ਇਹਨਾਂ ਨੇ ਆਪਣਾ ਪ੍ਰੋਡਕਟ ਬਣਾ ਕੇ ਪਾਇਆ ਹੋਇਆ ਵਾ ਆਪਣੀ ਵੈਬਸਾਈਟ 'ਤੇ ਉਹ ਵਾਪਸ ਨਹੀਂ ਲੈਂਦੇ। ਅਕਾਲ ਤਖਤ ਸਾਹਿਬ ਜਿਹੜੀ ਸਰਮੌਰ ਸਾਡੀ ਸੰਸਥਾ ਵਾ ਜਿੱਥੇ ਜੋ ਸੁਪਰੀਮ ਆ ਉੱਥੇ ਆ ਕੇ ਕੋਈ ਆਪਣੀ ਮਾਫ਼ੀ ਨਹੀਂ ਮੰਗਦੇ, ਕਿਉਂਕਿ ਅਜੇ ਤੱਕ ਤਕਰੀਬਨ ਅੱਜ 5 ਦਿਨ ਹੋ ਚੱਲੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਸਪਸ਼ਟੀਕਰਨ ਇਹਨਾਂ ਵੱਲੋਂ ਨਹੀਂ ਆਇਆ। ਜੋ ਸ਼ਰੇਆਮ ਇਹਨਾਂ ਦੇ ਅਹੰਕਾਰ ਜਿਹੜਾ ਵਾ ਉਹ ਦਿਖਾ ਰਿਹਾ ਵੀ ਇਹਨਾਂ ਨੂੰ ਸ਼ਾਇਦ ਕੋਈ ਫਰਕ ਨਹੀਂ ਪੈਂਦਾ। ਸੋ ਇਸ ਕਰਕੇ ਅਸੀਂ ਇਹ ਬੰਦ ਕਰਵਾ ਰਹੇ ਹਾਂ। ਸਮੂਹ ਸਾਧ ਸੰਗਤ ਨੂੰ ਸਿੱਖ ਕੌਮ ਨੂੰ ਬੇਨਤੀ ਕਰਦੇ ਹਾਂ ਕਿ ਇਹਨੂੰ ਹਰ ਸ਼ਹਿਰ ਹਰ ਜ਼ਿਲ੍ਹੇ ਵਿੱਚ ਜਿੱਥੇ ਵੀ ਇਹਨਾਂ ਦਾ ਕੋਈ ਦਫ਼ਤਰ ਉਹਨੂੰ ਬੰਦ ਕਰਵਾਇਆ ਜਾਵੇ ਤਾਂ ਕਿ ਇਹਨਾਂ ਨੂੰ ਸੇਕ ਲੱਗੇ, ਇਹਨਾਂ ਨੂੰ ਪਤਾ ਲੱਗੇ ਕਿ ਸਿੱਖ ਕੌਮ ਜੀਂਦੀ ਆ ਜਾਗਦੀ ਆ। ਇੱਕ ਇਹ ਐਮਾਜੋਨ ਕਰਕੇ ਹੀ ਨਹੀਂ, ਬਹੁਤ ਜਿਹੜੀਆਂ ਹੋਰ ਸ਼ਰਾਰਤੀ ਅਨਸਰ ਨੇ ਜਿਹੜੇ ਬੜਿਆਂ ਤਰੀਕਿਆਂ ਦੇ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭੜਕਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਦਲਬਾਜ ਸਿੰਘ ਜਥਾ ਸਿਰਲਤ ਖਾਲਸਾ ਦੇ ਮੁੱਖ ਸੇਵਾਦਾਰ ਅੰਮ੍ਰਿਤਸਰ ਸਾਹਿਬ। ਇਹ ਜਿਹੜੇ ਆਪਣਾ ਐਮਾਜੋਨ ਵਾਲੇ ਆ ਜਿਹੜੇ, ਇਹਨਾਂ ਤੁਹਾਨੂੰ ਪਤਾ ਹੀ ਆ ਜਿਹੜੀ ਹਰਕਤ ਕੀਤੀ ਆ, ਇਹ ਦਰਬਾਰ ਸਾਹਿਬ ਦੀਆਂ ਫੋਟੋਆਂ ਟੋਇਲਟ ਦੇ ਉੱਤੇ, ਪੈਰਾਂ ਵਾਲਾ ਜਿਹੜਾ ਮੇਟ ਆ ਉਹਦੇ ਉੱਤੇ ਜਿਹੜਾ ਛਾਪ ਕੇ ਵਾਇਰਲ ਕੀਤੀਆਂ ਗਈਆਂ ਵਾ, ਉਹਦੇ ਪ੍ਰਤੀ ਅਸੀਂ ਆ ਜਿਹੜਾ ਦਫ਼ਤਰ ਆ, ਮੁੱਖ ਇਹਨਾਂ ਦਾ ਦਫ਼ਤਰ ਆ ਜੀ ਇਹਨਾਂ ਅੰਮ੍ਰਿਤਸਰ ਸਾਹਿਬ ਨਿਊ ਅੰਮ੍ਰਿਤਸਰ ਦੇ ਵਿੱਚ ਇਹ ਬੰਦ ਕਰਵਾਇਆ ਗਿਆ ਜੀ। ਆ ਵੇਖੋ ਇਹਨੂੰ ਲੋਕ ਕਰਵਾ ਦਿੱਤੇ ਗਏ, ਅੱਜ ਇੱਥੋਂ ਸਾਰੇ ਮੁਲਾਜ਼ਮ ਤੋਰ ਦਿੱਤੇ ਗਏ ਆ। ਬਾਕੀ ਜਿੰਨਾ ਚਿਰ ਇਹ ਬੰਦੇ ਅਕਾਲ ਤਖ਼ਤ ਸਾਹਿਬ ਆ ਕੇ ਮਾਫ਼ੀ ਨਹੀਂ ਮੰਗਦੇ ਜਾਂ ਕੋਈ ਆਪਣਾ ਸਪਸ਼ਟੀਕਰਨ ਦੇਣ ਸਾਰੀ ਸੰਗਤ ਨੂੰ, ਤਾਂ ਇਹ ਫਿਰ ਇਹ ਖੋਲਿਆ ਜਾਏਗਾ, ਫਿਰ ਇਹ ਬਖਸ਼ੇ ਜਾਣਗੇ। ਨਹੀਂ ਤਾਂ ਇਹ ਬੰਦੇ ਬਖਸ਼ਣ ਯੋਗ ਨਹੀਂ, ਜਿਹੜੀਆਂ ਇਹਨਾਂ ਕੋਝੀਆਂ ਹਰਕਤਾਂ ਕੀਤੀਆਂ ਵਾ, ਜਿਹੜੀ ਸਿੱਖ ਕੌਮ ਨੂੰ ਠੇਸ ਪਹੁੰਚਾਈ ਇਹਨਾਂ, ਇਹ ਬਖਸ਼ਣ ਯੋਗ ਬੰਦੇ ਨਹੀਂ ਆ। ਇਹ ਵਾਰ ਵਾਰ ਕੋਈ ਨਾ ਕੋਈ ਕਿਸ ਨਾ ਕਿਸੇ ਗੱਲੋਂ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਸਿੱਖ ਕੌਮ ਨੂੰ, ਨਿੱਕੀਆਂ ਨਿੱਕੀਆਂ ਹਰਕਤਾਂ ਕਵੱਡੀਆਂ ਵੱਡੀਆਂ ਹਰਕਤਾਂ ਕਰਕੇ ਸਾਨੂੰ ਜਿਹੜਾ ਵਾਰ ਵਾਰ ਛੇੜਿਆ ਜਾ ਰਿਹਾ, ਚੁੰਡੀਆਂ ਵੱਢੀਆਂ ਜਾ ਰਹੀਆਂ ਵੀ ਇਹ ਕੌਮ ਸੁੱਤੀ ਜਾਂ ਜਾਗਦੀ ਆ। ਇਹਨਾਂ ਨੂੰ ਇਹਨਾਂ ਹਰਕਤਾਂ ਤੋਂ ਬਾਜ ਹੋ ਜਾਣਾ ਚਾਹੀਦਾ। ਬਾਕੀ ਵੀਰ ਪਰਮਜੀਤ ਸਿੰਘ ਅਕਾਲੀ ਤੁਹਾਨੂੰ ਵਿਸਤਾਰ ਨਾਲ ਸਾਰੀ ਗੱਲਬਾਤ ਦੱਸਣਗੇ, ਇਹ ਜਥੇ ਦੇ ਪ੍ਰਚਾਰਕ ਵੀਰ ਸਾਡੇ ਪਰਮਜੀਤ ਸਿੰਘ ਅਕਾਲੀ।